हेलो स्टूडेंट्स, आज का जो टॉपिक है अपना वो हैगा इंडक्शन टाइप रिवर्स पावर ले। इस तो पहला जो टॉपिक सिगा वो सिगा इंडक्शन टाइप ओवर करंट ले नॉन डायरेक्शनल, एंड ये जी रिले है इन आप कह सकते हैं कि यह है इंडक्शन टाइप रिवर्स पावर ले डायरेक्शनल रिले। ये आप डिस्कस करांगे अज स्कीमैटिक डायग्राम, वर्किंग प्रिंसीपल, कंस्ट्रक्शन, वर्किंग ऑफ दिस रिले एंड एप्लीकेशन के कितने है एप्लीकेबल होंगी हैगी। स्कीमैटिक डायग्राम जिस तरह के देखो तुसी डायग्राम बनी हुई है स्क्रीन दे विच देख सकते हो, तुसी बड़ी सिंपल जी डायग्राम आ। ਇਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਦੋ ਮੈਗਨੇਟਸ ਜਿਹੜੇ ਲੱਗੇ ਹੋਏ ਆ, ਇੱਕ ਉੱਪਰਲੇ ਪਾਸੇ ਮੈਗਨੇਟ ਹੈ ਜਿਹੜਾ ਕਿ ਈ ਸ਼ੇਪ ਦਾ ਹੈ ਤੇ ਸੈਂਟਰ ਲਿੰਬ ਜਿਹੜੀ ਥੋੜੀ ਜਿਹੀ ਵੱਡੀ ਹੈ ਔਰ ਉਹਦੇ ਨਾਲ ਇੱਕ ਸਪਿੰਡਲ ਲੱਗਾ ਹੋਇਆ। ਉਸ ਸਪਿੰਡਲ ਦੇ ਨਾਲ ਤੁਸੀਂ ਦੇਖੋਗੇ ਨਾਲ ਇੱਕ ਅਲਮੀਨੀਅਮ ਡਿਸਕ ਜਿਹੜਾ ਉਹਦਾ ਪ੍ਰੋਜੈਕਸ਼ਨ ਦਿਖ ਰਿਹਾ, ਅਲਮੀਨੀਅਮ ਡਿਸਕ ਆ ਤੇ ਸਪਿੰਡਲ ਦੇ ਨਾਲ ਇੱਕ ਬ੍ਰਿਜ ਬਣਿਆ ਹੋਇਆ। ਬ੍ਰਿਜ ਦੇ ਨਾਲ ਜਿਹੜੇ ਦੋ ਟਰਮੀਨਲਸ ਲੱਗੇ ਹੋਏ ਉਹ ਹੈ ਟੂ ਟ੍ਰਿਪ ਸਰਕਲ, ਮਤਲਬ ਟ੍ਰਿਪ ਸਰਕਲ ਨੂੰ ਟਰਮੀਨਲ ਜਾਂਦੇ ਆ। ਜਦੋਂ ਸਾਡਾ ਬ੍ਰਿਜ ਆਨ ਹੋਏਗਾ ਤੇ ਟ੍ਰਿਪ ਸਰਕਲ ਦਾ ਜਿਹੜਾ ਸਾਡਾ ਸਰਕਟ ਹੈ ਉਹ ਕੰਪਲੀਟ ਹੋ ਜਾਏਗਾ। ਜਿਹੜੀ ਉੱਪਰਲੀ ਮੈਗਨੇਟ ਦੀ ਸੈਂਟਰ ਲਿੰਬ ਆ ਉਹਦੇ ਵਿੱਚ ਤੁਸੀਂ ਵਾਇੰਡਿੰਗ ਦੇਖਦੇ ਪਏ ਹੋ। ਇਸ ਡਾਇਗ੍ਰਾਮ ਦੇ ਵਿੱਚ ਆਪਾਂ ਇਹਦੀਆਂ ਟੈਪਿੰਗਸ ਨਹੀਂ ਦਿਖਾਈਆਂ ਹੋਈਆਂ, ਜਿਹੜੀ ਕਰੰਟ ਕੋਇਲ ਥੜੀ ਆ ਉਹਦੀਆਂ ਟੈਪਿੰਗਸ ਨਹੀਂ ਹੈਗੀਆਂ, ਡਾਇਰੈਕਟ ਆਪਾਂ ਸਿੱਧੀ ਸਪਲਾਈ ਦਿੱਤੀ ਹੈ। ਬਟ ਆਪਾਂ ਇਹਦੇ ਵਿੱਚ ਟੈਪਿੰਗ ਵੀ ਹੁੰਦੀਆਂ ਨੇ ਕਿਉਂਕਿ ਆਪਾਂ ਕਰੰਟ ਸੈਟਿੰਗ ਕਰ ਸਕਦੇ ਹੈਗੇ ਜਿੰਨੀ ਵੀ ਕਰਨੀ ਹੈਗੀ ਆ। ਬਟ ਇਸ ਡਾਇਗ੍ਰਾਮ ਵਿੱਚ ਸਿੰਪਲ ਕਰਨ ਲਈ ਉਹ ਕੰਪਲੀਕੇਸੀ ਨਾ ਹੋਏ ਇਸ ਕਰਕੇ ਉਹ ਨਹੀਂ ਸ਼ੋਅ ਕੀਤੀ ਹੋਈ। ਲੇਕਿਨ ਜਿਹੜੀ ਉੱਪਰਲੀ ਲਿੰਬ ਹੈ ਸੈਂਟਰ ਉਹ ਜਿਹੜੀ ਕੋਇਲ ਬਣੀ ਹੋਈ ਆ, ਦੇਖੋ ਤੁਸੀਂ ਗਾਂ ਕਿੱਥੇ ਜੁੜਦੀ ਆ, ਫਰੋਮ ਪੀਟੀ, ਮਤਲਬ ਜਿਹੜਾ ਪੀਟੀ ਸਾਡਾ ਪੋਟੈਂਸ਼ੀਅਲ ਟ੍ਰਾਂਸਫਾਰਮਰ ਲੱਗਾ ਹੋਇਆ ਸਰਕਟ ਦੇ ਵਿੱਚ, ਉੱਥੋਂ ਜਿਹੜੀ ਵੋਲਟੇਜ ਸਟੈਪ ਡਾਊਨ ਕਰਕੇ ਆਪਾਂ ਉਹ ਇਸ ਲਿੰਬ ਦੀ ਵਾਇੰਡਿੰਗ ਨੂੰ ਆਪਾਂ ਦਿੰਦੇ ਹੈਗੇ ਆ। ਇੱਕ ਫਲਕਸ ਮਤਲਬ ਜਿਹੜਾ ਉਹ ਇੱਥੇ ਬਣਦਾ ਹੈਗਾ। ਦੂਸਰਾ ਦੇਖੋ ਥੱਲੇ ਪਾਸੇ ਯੂ ਸ਼ੇਪ ਮੈਗਨੇਟ ਹੈਗਾ, ਉਹਦੇ ਵਿੱਚ ਵੀ ਸੇਮ ਇਸ ਤਰ੍ਹਾਂ ਵਾਇੰਡਿੰਗ ਕੀਤੀ ਆ, ਦੋਨੇ ਉਹਦੀਆਂ ਲਿੰਬਸ ਨੂੰ ਵਾਇੰਡ ਕੀਤਾ ਹੋਇਆ ਤੇ ਉਹ ਵਾਇੰਡਿੰਗ ਦੇਖੋ ਥੱਲੇ ਫਰੋਮ ਕਰੰਟ ਟ੍ਰਾਂਸਫਾਰਮਰ ਤੋਂ ਸਪਲਾਈ ਆਉਂਦੀ ਹੈਗੀ ਆ। ਮਤਲਬ ਜਿਹੜਾ ਆਪਣਾ ਸਰਕਟ ਦੇ ਵਿੱਚ ਆਪਾਂ ਸਿਟੀ ਲਗਾਇਆ ਹੋਇਆ ਉਹਦੀ ਜਿਹੜੀ ਸੈਕੰਡਰੀ ਆ ਉਹ ਆਪਾਂ ਇੱਥੇ ਦਿੱਤੀ ਹੋਈ ਆ। ਮਤਲਬ ਇਸ ਕੰਸਟਰਕਸ਼ਨ ਦੇ ਮੁਤਾਬਕ ਤੁਸੀਂ ਦੇਖੋ ਬੜੀ ਸਿੰਪਲ ਜਿਹੀ ਕੰਸਟਰਕਸ਼ਨ ਸੀਗੀ। ਇਹਦੇ ਮੁਤਾਬਕ ਆਪਾਂ ਦੋ ਪਾਸਿਓਂ ਸਪਲਾਈ ਆ ਰਹੀ ਹੈ, ਇੱਕ ਆ ਰਹੀ ਫਰੋਮ ਪੀਟੀ ਤੇ ਦੂਜੀ ਆ ਰਹੀ ਹੈ ਫਰੋਮ ਸੀਟੀ। ਤੇ ਸਾਈਡ ਤੇ ਵੈਕਟਰ ਡਾਇਗ੍ਰਾਮ ਵੀ ਬਣੀ ਹੋਈ ਆ, ਦੇਖੋ ਤੁਸੀਂ ਦੇਖ ਸਕਦੇ ਹੋ ਇਜ਼ੀਲੀ ਕਿ ਜਿਹੜੀ ਵੋਲਟੇਜ ਮੀਨ ਜਿਹੜੀ ਪੀਟੀ ਆ ਰਹੀ ਆ, ਉਸ ਪੀਟੀ ਕਰਕੇ ਜੋ ਵੋਲਟੇਜ ਕਰਕੇ ਜੋ ਕਰੰਟ ਇੰਡਿਊਸ ਹੋਇਆ ਕੋਇਲ ਦੇ ਵਿੱਚ, ਉਹਦੇ ਨਾਲ ਜਿਹੜਾ ਫਲਕਸ ਪ੍ਰੋਡਿਊਸ ਹੋਇਆ ਉਹ ਹੈ 5-1, ਮੀਨਸ ਉਹ ਵੋਲਟੇਜ ਤੋਂ 90 ਡਿਗਰੀ ਲੈਗ ਕਰ ਰਿਹਾ ਹੈਗਾ। ਤੇ ਜਿਹੜਾ ਥੱਲਾ ਫਲਕਸ ਹੈ ਉਹ ਕਰੰਟ ਟ੍ਰਾਂਸਫਾਰਮਰ ਦਾ ਫਲਕਸ ਹੈ, ਕਿਉਂਕਿ ਲੋਡ ਕਰੰਟ ਹੈ, ਇਸ ਕਰਕੇ ਉਹ ਲੋਡ ਕਰੰਟ ਦੇ ਅਕੋਰਡਿੰਗਲੀ ਉਹ ਜਿਹੜਾ ਫਲਕਸ ਹੈ ਉਹ ਹੈ 5-2 ਤੇ ਇਨ ਫੇਜ ਹੈਗਾ ਕਰੰਟ ਦੇ ਵਿੱਚ। ਇਹ ਵੈਕਟਰ ਡਾਇਗ੍ਰਾਮ ਵਿੱਚ ਤੁਸੀਂ ਦੇਖ ਸਕਦੇ ਆ। ਇਸ ਤਰ੍ਹਾਂ ਇਹ ਕੰਸਟਰਕਸ਼ਨ ਜਿਹੜੀ ਬਹੁਤ ਸਿੰਪਲ ਹੈ। ਪਹਿਲੇ ਨਾਲੋਂ ਇਹਦੇ ਵਿੱਚ ਸਿਰਫ ਡਿਫਰੈਂਸ ਇੰਨਾ ਹੀ ਆ ਕਿ ਇਹ ਜਿਹੜਾ ਆ ਮਤਲਬ ਇਹਦੀ ਜਿਹੜੀ ਸਪਲਾਈ ਹੈ ਇੱਕ ਪੀਟੀ ਦੇ ਥਰੂ ਆਉਂਦੀ ਹੈ ਤੇ ਇੱਕ ਸੀਟੀ ਦੇ। ਉਹਦੇ ਵਿੱਚ ਡਾਇਰੈਕਟ ਇਕੱਲੀ ਸੀਟੀ ਦੇ ਥਰੂ ਆ ਕੇ ਮਿਊਚੁਅਲ ਇੰਡਕਸ਼ਨ ਦੇ ਨਾਲ ਕਰੰਟ ਕੋਇਲ ਦੇ ਵਿੱਚ ਥੜਾ ਜਿਹੜਾ ਮੈਗਨੇਟ ਸੀ ਉਹਦੇ ਵਿੱਚ ਉਹ ਕਰੰਟ ਪ੍ਰੋਡਿਊਸ ਹੁੰਦਾ ਸੀ ਤੇ ਫਲਕਸ ਇੰਡਿਊਸ ਹੁੰਦਾ ਸੀ। ਇਹਦੇ ਵਿੱਚ ਦੋ ਫਲਕਸਿਸ ਬਣ ਰਿਹਾ, ਇੱਕ ਫਲਕਸ 5-1 ਤੇ ਦੂਜਾ 5-2। ਇਹਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਦੇਖ ਸਕਦੇ ਹੋ ਕਿ ਜਿਹੜਾ ਰੀਸਟੇਟਿੰਗ ਟੋਰਕ ਹੈਗੀ ਆ ਉਹ ਸ਼ੋ ਮਤਲਬ ਦੇਣ ਦੇ ਲਈ ਜੋ ਸਪਰਿੰਗ ਹੈਗਾ ਉਹ ਆਪਾਂ ਇਹਦੇ ਵਿੱਚ ਨਹੀਂ ਸ਼ੋਅ ਕਰਦੇ ਡਾਇਗ੍ਰਾਮ ਦੇ ਵਿੱਚ, ਕਿਉਂਕਿ ਉਹ ਥੋੜ੍ਹਾ ਡਾਇਗ੍ਰਾਮ ਨੂੰ ਸਿੰਪਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਹ ਸਪਰਿੰਗ ਜਿਹੜਾ ਉਹ ਇੱਥੇ ਆਪਾਂ ਸ਼ੋਅ ਨਹੀਂ ਕਰਦੇ, ਜਿਹੜਾ ਕਿਹੜਾ ਕਿ ਰੀਸਟੇਨਿੰਗ ਟੋਰਕ ਜਿਹੜੀ ਕਿ ਸਪਰਿੰਗ ਜਿਹੜੀ ਡਿਸਕ ਹੈ ਉਹਨੂੰ ਕੰਟਰੋਲ ਕਰਦੀ ਹੈ, ਰੀਸਟੇਨਿੰਗ ਟੋਰਕ ਦਿੰਦੀ ਹੈਗੀ ਆ। ਵਰਕਿੰਗ ਪ੍ਰਿੰਸੀਪਲ ਦੇਖੋ ਸਕਰੀਨ ਦੇ ਉੱਤੇ ਲਿਖਿਆ ਹੋਇਆ, ਮੈਂ ਤੁਹਾਨੂੰ ਉਹਦੇ ਵਿੱਚੋਂ ਸਮਝਾਉਂਦਾ। ਜਸਟ ਕਹਿੰਦਾ ਕਿ ਜਿਹੜੀ ਰਿਲੇ ਹੈਗੀ ਆ ਇਹ ਓਪਰੇਟ ਕਰਦੀ ਆ, ਕਹਿੰਦਾ ਕਿ ਜਦੋਂ ਪਾਵਰ ਜਿਹੜੀ ਆ ਸਰਕਟ ਦੇ ਵਿੱਚੋਂ ਇੱਕ ਸਪੈਸਿਫਿਕ ਡਾਇਰੈਕਸ਼ਨ ਦੇ ਵਿੱਚ ਫਲੋ ਕਰਦੀ ਹੈਗੀ ਆ ਉਦੋਂ ਇਹਦੀ ਵਰਕਿੰਗ ਹੈਗੀ ਆ। ਜਦੋਂ ਮਤਲਬ ਮੀਨਸ ਇੱਕ ਪਰਟੀਕੁਲਰ ਡਾਇਰੈਕਸ਼ਨ ਆਪਾਂ ਮੇਨਟੇਨ ਕਰਦੇ ਨੇ ਉਸ ਡਾਇਰੈਕਸ਼ਨ 'ਚ ਜਦੋਂ ਪਾਵਰ ਫਲੋ ਕਰੇਗੀ ਤਾਂ ਉਦੋਂ ਇਹ ਜਿਹੜੀ ਰਿਲੇ ਆ ਇਹ ਓਪਰੇਟ ਹੋਏਗੀ। ਮਤਲਬ ਕਿ ਜਿਸ ਤਰ੍ਹਾਂ ਕਿ ਪਹਿਲਾਂ ਆਪਾਂ ਤੁਸੀਂ ਦੇਖਿਆ ਸੀ ਕਿ ਜਿਹੜੀ ਕਰੰਟ ਲੇ ਸੀ ਜਿਸ ਵੀ ਮਰਜ਼ੀ ਡਾਇਰੈਕਸ਼ਨ ਦੇ ਵਿੱਚ ਨੋਨ ਡਾਇਰੈਕਸ਼ਨਲ ਸੀਗੀ, ਜਿਹੜੀ ਮਰਜ਼ੀ ਡਾਇਰੈਕਸ਼ਨ ਦੇ ਵਿੱਚ ਕਰੰਟ ਜਿਹੜਾ ਫਲੋ ਕਰੇ ਤਾਂ ਇਹ ਓਪਰੇਟ ਹੁੰਦੀ ਸੀ। ਬਟ ਇਹਦੇ ਵਿੱਚ ਇਸ ਤਰ੍ਹਾਂ ਨਹੀਂ, ਇੱਕ ਡਾਇਰੈਕਸ਼ਨ ਦੇ ਵਿੱਚ ਇਹ ਅਨਓਪਰੇਟੇਬਲ ਹੁੰਦੀ ਹੈ ਅਤੇ ਦੂਜੀ ਡਾਇਰੈਕਸ਼ਨ ਵਿੱਚ ਇਹ ਓਪਰੇਟ ਹੁੰਦੀ ਹੈ। ਇਹ ਰਿਲੇ ਦਾ ਇੱਕ ਫੰਡਾ ਹੈ, ਮਤਲਬ ਪ੍ਰਿੰਸੀਪਲ ਹੈਗਾ। ਦੂਜਾ ਇਹਦਾ ਹੈ ਕਿ ਇਹਦੇ ਵਿੱਚ ਜਿਹੜੀ ਫਲਕਸਿਸ ਜਨਰੇਟ ਹੁੰਦੇ ਆ, ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਡਾਇਗ੍ਰਾਮ ਦੇ ਵਿੱਚ ਵੀ ਸਮਝਾਇਆ ਸੀਗਾ ਕਿ ਦੋਨੋਂ ਫਲਕਸਿਸ ਜਿਹੜੇ ਆ ਇੱਕ ਵੋਲਟੇਜ ਕਰਕੇ ਜਨਰੇਟ ਹੋ ਰਿਹਾ ਔਰ ਇੱਕ
करंट करके जनरेट हो जाए, दोनों फ्लक्सेस दे इंटरेक्शन करके, ये जरा मैगनैटिक फील्ड दी इंटरेक्शन करके ये जी ओपरेटिंग टॉर्क जी ओपरेट हों मतलब जनरेट होंगी है, तो ओपरेटिंग टॉर्क साड़ी डिस्क पर लगती है तो वह रिले जी है ओपरेट होंगी हैगी है। कहते क्योंकि जिदा इस तरह की कंस्ट्रक्शन तुम ध्यान जो देखा हो इंस्ट्रूमेंट्स के पढ़ाया होगा कि वाट मीटर की भी सेम कंस्ट्रक्शन होंगी है, तो देखा होगा कि जो वाट मीटर से आप कनैक्शन करते हैं अगर एक कॉयल का कनैक्शन आप रिवर्स कर दें पुट्ठा कर दें तो वाट मीटर की रीडिंग जी नैगेटिव जान लग पी, मीनस वह स्पिंडल जो दूसरी डायरेक्शन के मूव कर लग पा। सेम इस तरह ही कहता यह जरा डिपेंड करता है कि डायरेक्शन करंट की किस साइड पर है, मीनस वोल्टेज ते करंट दी करंट दे अकॉर्डिंगली मतलब करंट जो फ्लो करता वोल्टेज अकॉर्डिंग ओदी की डायरेक्शन हैगी आ उते ही जिहड़ी वर्किंग है वो डिपेंड करती हैगी है। इस तरह इहदा है वर्किंग प्रिंसीपल हैगा। कंस्ट्रक्शन वैसे तो डायग्राम दे विच मैं तुहानू सारा समझाता आया, चलो फिर भी एक बारी आपां फिर उहनूं रिपीट कर लैंदे आ। कहिंदे कि जी रिले है देखो ये बनी हुई है अलीमीनियम डिस्क जी वो फ्रीली रोटेट करती हैगी इन बिटवीन टू पोल्स, मतलब दो पोल्स लगे इलैक्ट्रोमैगनेटिक पोल्स ने, एक उपर एक थले है, वो एक अलीमीनियम डिस्क है जी बिल्कुल टोटली फ्री जी मूव कर सकती है। जो उपरला मैगनेट है उन्होंने आप जो जिसे सेंटर लिंब भी बनी हुई है एक ई शेप मैगनेट है वनू आप सप्लाई जी दें थ्रू पोटेंशियल कॉयल सप्लाई दें, तो उड़ी आ बाइंडिंग है वो जी उन्होंने जी सप्लाई होती है वह होंगी है पोटेंशियल ट्रांसफार्मर तो सेंटर लिंब के बनी हुई है। उस तो बाद आता कहते कि करंट कॉयल जी है जी आप थर्ड पासे लगाई हुई है करंट कॉयल टैपिंग्स जो थ्रू टैपिंग के नाल कनैक्टेड, जिदा कि पहली रिले देखा सी बट वो इतने शो नहीं की हुई, उस टैपिंग्स ने आप करंट सैटिंग्स कर सकते हैं, जिन्हें सानू करंट की रिले चाहिए है उन्हें आप उतो टैपिंग्स तो उन्होंने सैट कर सकते हैं। ਉਹਦੀ ਜਿਹੜੀ ਰੀਸਟੇਨਿੰਗ ਟਾਰਕ ਹੈਗੀ ਆ ਉਹ ਸਪਰਿੰਗ ਦੇ ਨਾਲ ਦਿੱਤੀ ਜਾਂਦੀ ਆ, ਮੀਨਸ ਡਿਸਕ ਨੂੰ ਸਟੇ ਕਰਨ ਲਈ ਰੋਕਣ ਲਈ, ਮਤਲਬ ਡਿਸਕ ਇੱਕ ਬਿਲਕੁਲ ਮੂਵ ਨਾ ਕਰਦੀ ਰਹੇ ਜਿੱਦਾਂ ਐਨਰਜੀ ਮੀਟਰ 'ਚ ਮੂਵ ਕਰ ਦਿੰਦੇ, ਉਹਨੂੰ ਰੋਕਣ ਲਈ ਆਪਾਂ ਇੱਕ ਸਪਰਿੰਗ ਲਗਾਉਂਦੇ ਹਾਂ ਜਿਹੜੀ ਓਪਰੇਟਿੰਗ ਟਾਰਕ ਦੇ ਓਪੋਜਿਟ ਡਾਇਰੈਕਸ਼ਨ ਦੇ ਵਿੱਚ ਉਹ ਸਪਰਿੰਗ ਜਿਹੜਾ ਉਹ ਫੋਰਸ ਲਗਾਉਂਦਾ ਹੈਗਾ ਟਾਰਕ ਲਗਾਉਂਦਾ, ਉਹਦੇ ਨਾਲ ਜਿਹੜੀ ਡਿਸਕ ਸੜੀ ਉਹ ਸਟੇ ਰਹਿੰਦੀ ਇੱਕ ਜਗ੍ਹਾ 'ਤੇ ਰੁਕੀ ਦਿੰਦੀ ਹੈਗੀ ਆ। ਉਹ ਵੀ ਡਾਇਗਰਾਮ ਦੇ ਵਿੱਚ ਸ਼ੋਅ ਨਹੀਂ ਕੀਤਾ ਬਟ ਉਹ ਇਹਦੀ ਕੰਸਟਰਕਸ਼ਨ ਦਾ ਇੱਕ ਪਾਰਟ ਹੈ। ਅਤੇ ਜਿਹੜਾ ਥੜਾ ਮੈਗਨੇਟ ਸੀ ਯੂ ਸ਼ੇਪ ਮੈਗਨੇਟ ਸੀਗਾ ਉਹ ਆਪਾਂ ਥਰੂ ਸਿਟੀ ਉਹਨੂੰ ਕਨੈਕਟ ਕੀਤਾ ਆ, ਬਟ ਇਹ ਸਿਟੀ ਜਿਹੜਾ ਇਹਦੀ ਵਾਇੰਡਿੰਗ ਜਿਹੜੀਆਂ ਦੀਆਂ ਟੈਪਿੰਗਸ ਆਪਾਂ ਫਰਦਰ ਕੋਇਲ ਦੇ ਵਿੱਚ ਰਿਲੇ ਦੇ ਵਿੱਚ ਕੀਤੀਆਂ ਹੋਈਆਂ, ਮਤਲਬ ਸਿਟੀ ਦਾ ਜੋ ਕਰੰਟ ਉਹਦਾ ਥਰੂ ਰਿਲੇ ਨੂੰ ਜਿਹੜਾ ਜਾਂਦਾ ਥਰੂ ਪਲੱਗ ਸੈਟਿੰਗਸ ਦੇ ਥਰੂ ਜਾਂਦਾ, ਜਿੰਨੇ ਆਪਾਂ ਸੈਟਿੰਗ ਕਰਨੀ ਆ ਉਸ ਹਿਸਾਬ ਨਾਲ ਉਹ ਸੈਟਿੰਗ ਕਰ ਸਕਦੇ ਹੈਗੇ ਆ। ਜਿਹੜਾ ਸਪਿੰਡਲ ਹੈਗਾ ਆ ਡਿਸਕ ਦੇ ਨਾਲ ਸਪਿੰਡਲ ਲੱਗਾ ਜਿਹਦੇ ਉੱਤੇ ਡਿਸਕ ਮੂਵ ਕਰਦੀ ਹੈਗੀ ਆ, ਉਹਦੇ ਨਾਲ ਇੱਕ ਬ੍ਰਿਜ ਬਣਿਆ ਹੋਇਆ ਜਿਹੜਾ ਕਿ ਦੋ ਫਿਕਸ ਕੰਟੈਕਟਸ ਨੇ ਤੁਸੀਂ ਦੇਖਿਆ ਹੋਊਗਾ ਜਿਹੜਾ ਟ੍ਰਿਪ ਕੋਇਲ ਦੇ ਉਹਨਾਂ ਨੂੰ ਬ੍ਰਿਜ ਕਰਦਾ ਹੈਗਾ ਜਦੋਂ ਸਾਡੀ ਉਹ ਜਿਹੜੀ ਆ ਡਿਸਕ ਆ ਉਹ ਰੋਟੇਟ ਕਰਦੀ ਹੈ। ਦੇਖੋ ਲਿਖਿਆ ਡਿਸਕ ਹੈਜ਼ ਰੋਟੇਟਡ ਥਰੂ ਏ ਪ੍ਰੀ ਸੈਟ ਐਂਗਲ, ਮਤਲਬ ਐਂਗਲ ਜਿਹੜਾ ਉਹ ਅਸੀਂ ਸੈੱਟ ਕਰਨਾ, ਕਿੰਨਾ ਐਂਗਲ ਰੱਖਣਾ, ਕਿੰਨੀ ਉਹਦੀ ਟਾਈਮਿੰਗ ਸੈੱਟ ਕਰਨੀ ਆ, ਕਿੰਨੇ ਕਰੰਟ ਦੇ ਹਿਸਾਬ ਨਾਲ ਉਹਦੀ ਟਾਈਮਿੰਗ ਆਪਾਂ ਦੇਣੀ ਹੈ ਵੀ 1 ਸੈਕਿੰਡ ਓਪਰੇਟ ਕਰੇ 2 ਸੈਕਿੰਡ, ਉਹ ਜਿੰਨਾ ਐਂਗਲ ਆਪਾਂ ਸੈੱਟ ਕਰਾਂਗੇ ਉਹ ਡਿਸਕ ਜਿਹੜੀ ਆ ਉਹ ਉਹਨਾਂ ਐਂਗਲ ਮੂਵ ਕਰਕੇ ਬ੍ਰਿਜ ਨੂੰ ਜਿਹੜੇ ਦੋ ਟਰਮੀਨਲਸ ਆ ਉਹਨਾਂ ਨੂੰ ਬ੍ਰਿਜ ਕਰ ਦੇ ਕੇ ਕਿਹੜੇ ਟ੍ਰਿਪ ਕੋਇਲ ਵਾਲੇ। ਇਸੇ ਤਰ੍ਹਾਂ ਹੀ ਜਿਹੜਾ ਆ ਉਹ ਐਡਜਸਟਿੰਗ ਮਤਲਬ ਆਪਾਂ ਜਿਹੜੀ ਉਹ ਡਿਸਟੈਂਸ ਆ ਜਿਹੜਾ ਟਰੈਵਲਿੰਗ ਡਿਸਟੈਂਸ ਆ ਉਹਨੂੰ ਆਪਾਂ ਐਡਜਸਟ ਕਰ ਸਕਦੇ ਹਾਂ ਜਿੰਨਾ ਆਪਣੀ ਮਰਜ਼ੀ ਨਾਲ, ਜਿੰਨੀ ਆਪਾਂ ਉਹਦੀ ਟਾਈਮਿੰਗ ਦੇਣੀ ਹੈ 1 ਸੈਕਿੰਡ 2 ਸੈਕਿੰਡ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਆਪਾਂ ਸੈਟਿੰਗਸ ਜਿਹੜੀਆਂ ਕਰਕੇ ਡਿਸਕ ਦਾ ਉਹਨਾਂ ਡਿਸਟੈਂਸ ਟਰੈਵਲਿੰਗ ਡਿਸਟੈਂਸ ਵਧਾ ਸਕਦੇ ਹਾਂ ਜਾਂ ਘਟਾ ਸਕਦੇ, ਜਿੱਦਾਂ ਮਤਲਬ 0 ਤੋਂ ਲੈ ਕੇ 360 ਐਂਗਲ ਤੱਕ ਜਿੰਨਾ ਮਰਜ਼ੀ ਆਪਾਂ ਉਹ ਘਟਾ ਵਧਾ ਸਕਦੇ ਹੈਗੇ ਆ। ਇਸ ਤਰ੍ਹਾਂ ਇਹ ਜਿਹੜਾ ਇਹਦਾ ਕੰਸਟਰਕਸ਼ਨ ਆ ਬਹੁਤ ਸਿੰਪਲ ਜਿਹੀ ਕੰਸਟਰਕਸ਼ਨ ਸੀਗੀ, ਪਹਿਲਾਂ ਵੀ ਸਮਝਾਈ ਸੀ ਲੇਕਿਨ ਹੁਣ ਆਪਾਂ ਪੁਆਇੰਟਸ ਇੱਕ ਵਾਰੀ ਡਿਸਕਸ ਕਰਦੇ ਹੈਗੇ ਆ। ਵਰਕਿੰਗ ਇਹਦੀ ਆਪਾਂ ਕੁਛ ਡਾਇਗਰਾਮ ਬਣਾਈ ਹੋਈ ਆ, ਮੈਂ ਵੈਕਟਰ ਡਾਇਗਰਾਮ ਉਹਦੇ ਮੁਤਾਬਕ ਆਪਾਂ ਦੇਖਦੇ ਹਾਂ। ਦੇਖੋ ਜਿਸ ਤਰ੍ਹਾਂ ਵੈਕਟਰ ਡਾਇਗਰਾਮ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਵੋਲਟੇਜ ਹੈ ਉਹਦੇ ਅਗੇਂਸਟ ਜਿਹੜਾ ਕਰੰਟ ਫਲੋ ਕਰਦਾ ਹੈ ਪੋਟੈਂਸ਼ੀਅਲ ਕੋਇਲ ਦੇ ਵਿੱਚ, ਉਸ ਦੇ ਨਾਲ ਜੋ ਮਿਊਚੁਅਲ ਇੰਡਕਸ਼ਨ ਦੇ ਨਾਲ ਜੋ ਫਲਕਸ ਬਣਦਾ ਹੈਗਾ ਉਹਦਾ ਉਹ ਫਲਕਸ ਹੈ ∅1, ਅਤੇ ∅1 ਜਿਹੜਾ ਉਸ ਵੋਲਟੇਜ ਨਾਲੋਂ 90 ਡਿਗਰੀ ਜਿਹੜਾ ਉਹ ਲੈਗ ਕਰਿਆ ਪਿੱਛੇ ਰਹਿ ਰਿਹਾ, ਜਿਹੜਾ ਇਹ ∅1 ਹੈਗਾ ਵੋਲਟੇਜ ਨਾਲੋਂ। ਅਤੇ ਲੇਕਿਨ ਜਿਹੜਾ ∅2 ਹੈ ਉਹ ਕਿਉਂਕਿ ਇਨਫੇਜ਼ ਹੈਗਾ ਕਰੰਟ ਦੇ, ਦੈਟ ਇਜ਼ ਲੋਡ ਕਰੰਟ, ਲੋਡ ਕਰਨ ਮੀਨਸ ਜਿੰਨਾ ਲੋਡ ਕਰਨ ਫਲੋ ਕੀਤਾ ਉਹਦੇ ਅਕੋਰਡਿੰਗਲੀ ਜਿਹੜਾ ਫਲਕਸ ਜਿਹੜਾ ਆ ਉਹ ਸਾਡਾ ਜਿਹੜਾ ਕਰੰਟ ਹੈ ਉਹ ਸਿਟੀ ਦੇ ਥਰੂ ਸਾਡੇ
ਰਿਲੀਜ਼ ਹੁੰਦਾ, ਉਹ ਜਿਹੜਾ ਕਰੰਟ ਆਉਂਦਾ ਉਹਦੇ ਨਾਲ ਜਿਹੜਾ ਫਲਕਸ ਜਨਰੇਟ ਹੋਇਆ ਦੈਟ ਇਜ਼ ਫਾਈ ਟੂ, ਉਹ ਇਨ ਫੇਜ਼ ਹੈਗਾ ਸਾਡਾ ਕਰੰਟ ਦੇ, ਇਨ ਫੇਜ਼ ਕਰੰਟ ਦੇ। ਤੁਸੀਂ ਡਾਇਗ੍ਰਾਮ ਵਿੱਚ ਬੜੇ ਈਜ਼ੀਲੀ ਦੇਖਦੇ, ਟੋਟਲ ਐਂਗਲ ਹੈਗਾ 90 ਡਿਗਰੀ, ਉਹਦੇ ਵਿੱਚੋਂ ਫਾਈ ਵਨ ਜਿਹੜਾ 90 ਡਿਗਰੀ ਮਤਲਬ ਤੇ ਚੱਲ ਰਿਹਾ ਵੋਲਟੇਜ ਤੋਂ, ਲੇਕਿਨ ਜਿਹੜਾ ਆਈ ਹੈ, ਆਈ ਹੈ ਥੀਟਾ ਅਤੇ ਅਲਫਾ, ਜਿਹੜਾ ਦੋ ਐਂਗਲਸ ਦੇ ਵਿੱਚ ਆਪਾਂ ਡਿਵਾਈਡ ਕਰ ਦਿੱਤਾ, ਮੀਨਸ ਫਾਈ ਵਨ ਅਤੇ ਫਾਈ ਟੂ ਦੇ ਵਿੱਚ ਇਨ ਬਿਟਵੀਨ ਜਿਹੜਾ ਡਿਸਟੈਂਸ ਹੈ ਉਹ ਹੈ ਅਲਫਾ, ਅਲਫਾ ਐਂਗਲ, ਇੰਨਾ ਡਿਸਪਲੇਸਮੈਂਟ ਜਿਹੜੀ ਉਹਦੀ ਪਿੱਛੇ ਹੈਗੀ ਹੈ ਅਲਫਾ ਕਰੰਟ ਫਾਈ ਵਨ ਤੋਂ, ਫਾਈ ਟੂ ਜਿਹੜਾ ਫਾਈ ਵਨ ਤੋਂ ਅਲਫਾ ਐਂਗਲ ਪਿੱਛੇ ਹੈਗਾ, ਬਟ ਵੋਲਟੇਜ ਨਾਲੋਂ ਉਹ ਥੀਟਾ ਐਂਗਲ ਜਿਹੜਾ ਉਹ ਪਿੱਛੇ ਹੈਗਾ ਆ, ਜਿਹੜਾ ਇਸ ਤਰ੍ਹਾਂ ਇਹ ਸਾਹਮਣੇ ਡਾਇਗ੍ਰਾਮ ਵਿੱਚ ਦਿਖ ਰਿਹਾ ਹੈਗਾ। ਨੈਕਸਟ ਇਸ ਤੋਂ ਦੇਖੋ ਤੁਸੀਂ, ਹੁਣ ਦੇਖੋ ਕਿ ਦੋਨੇ ਫਲਕਸਿਸ ਦੀ ਇੰਟਰੈਕਸ਼ਨ ਫਾਈ ਵਨ ਅਤੇ ਫਾਈ ਟੂ ਦੀ ਇੰਟਰੈਕਸ਼ਨ ਦੇ ਨਾਲ, ਅਤੇ ਜੋ ਐਡੀ ਕਰੰਟਸ ਇੰਡਿਊਸਡ ਹੁੰਦੇ ਹੈਗੇ ਆ ਡਿਸਕ ਦੇ ਵਿੱਚ, ਉਹਦੇ ਕਰਕੇ ਜਿਹੜੀ ਆ ਡਰਾਈਵਿੰਗ ਟੋਰਕ ਜਿਹੜੀ ਉਹ ਲੱਗਦੀ ਹੈਗੀ ਆ। ਬੜਾ ਸਿੰਪਲ ਹੈ, ਦੇਖੋ ਟੀ ਨੂੰ ਅਗਰ ਟੋਰਕ ਮੰਨਿਆ, ਟੀ ਟੋਰਕ ਇਜ਼ ਪ੍ਰੋਪੋਰਸ਼ਨਲ ਟੂ ਫਾਈ ਵਨ ਫਾਈ ਟੂ ਸਾਈਨ ਅਲਫਾ, ਕਿਉਂਕਿ ਫਾਈ ਟੂ ਜਿਹੜਾ ਆ ਉਹ ਸਾਈਨ ਅਲਫਾ ਉਹਨੂੰ ਆਪਾਂ ਕੰਸਿਡਰ ਕਰਾਂਗੇ ਫਾਈ ਵਨ ਦੇ ਬਰਾਬਰ ਲਿਆਉਣ ਲਈ, ਇਸ ਕਰਕੇ ਉਹ ਫਾਈ ਵਨ ਫਾਈ ਟੂ ਸਾਈਨ ਅਲਫਾ। ਹੁਣ ਕਹਿੰਦਾ ਫਾਈ ਵਨ ਕੀ ਆ ਪ੍ਰੋਪੋਰਸ਼ਨਲ ਟੂ ਵੀ, ਅਤੇ ਫਾਈ ਟੂ ਕੀ ਆ ਪ੍ਰੋਪੋਰਸ਼ਨਲ ਟੂ ਆਈ, ਅਤੇ ਅਲਫਾ ਐਂਗਲ ਕਹਿੰਦਾ 90 ਮਾਈਨਸ ਥੀਟਾ, ਮਤਲਬ ਜਿਹੜੀ ਵੋਲਟੇਜ ਤੋਂ ਐਂਗਲ ਜਿਹੜਾ ਉਹ ਜਿਹੜਾ ਵੋਲਟੇਜ ਵਾਲਾ ਐਂਗਲ ਸੀ ਥੀਟਾ ਸੀ, ਅਤੇ ਅਲਫਾ ਕਿਹਦੇ ਬਰਾਬਰ ਹੋ ਗਿਆ 90 ਮਾਈਨਸ ਥੀਟਾ, ਉੱਪਰ ਐਂਗਲ ਮਾਈਨਸ ਕਰਤਾ, ਦੋਨੇ ਕਰੰਟਸ ਜਾਂ ਦੋਨੇ ਫਲਕਸ ਵਿੱਚ ਜਿਹੜਾ ਐਂਗਲ ਸੀ ਉਹ ਅਲਫਾ ਸੀ, ਤਾਂ ਉਹਨੂੰ ਆਪਾਂ ਕਹਿੰਦਾ ਮੰਨਦੇ ਹਾਂ 90 ਮਾਈਨਸ ਥੀਟਾ। ਸੋ ਇਹ ਬਣ ਗਿਆ ਟੀ ਇਜ਼ ਪ੍ਰੋਪੋਰਸ਼ਨ ਟੂ ਵੀ ਆਈ ਸਾਈਨ 90 ਮਾਈਨਸ ਥੀਟਾ, ਅਤੇ ਟ੍ਰਿਗਨੋਮੈਟਰੀ ਦੇ ਮੁਤਾਬਕ ਸਾਈਨ 90 ਮਾਈਨਸ ਥੀਟਾ ਹੁੰਦਾ ਹੈ ਕੋਸ ਥੀਟਾ, ਸੋ ਇਹ ਬਣ ਗਿਆ ਵੀ ਆਈ ਕੋਸ ਥੀਟਾ, ਔਰ ਵੀ ਆਈ ਕੋਸ ਥੀਟਾ ਇਹ ਕੀ ਬਣ ਗਈ ਪਾਵਰ, ਪਾਵਰ ਇਨ ਦਾ ਸਰਕਟ, ਇਸ ਕਰਕੇ ਇਹਨੂੰ ਪਾਵਰ ਲੇ ਕਹਿੰਦੇ, ਕਿਉਂਕਿ ਦੋ ਦੋ ਫਲਕਸਿਸ ਜਿਹੜੇ ਇੱਕ ਵੋਲਟੇਜ ਅਤੇ ਕਰੰਟ ਕਰਕੇ ਫਲਕਸ ਕਰਕੇ ਜਿਹੜੀ ਆਪਣੀ ਡਰਾਈਵਿੰਗ ਟੋਰਕ ਲੱਗੀ ਆ, ਇਸ ਕਰਕੇ ਇਹ ਜਿਹੜੀ ਆਪਾਂ ਫਾਰਮੂਲੇ ਮੁਤਾਬਕ ਤੁਸੀਂ ਦੇਖਿਆ ਹੋਊਗਾ ਕੈਲਕੂਲੇਸ਼ਨ ਕਰਕੇ ਕਿ ਇਹ ਬਣ ਜਾਂਦਾ ਪਾਵਰ, ਤੋ ਇਸ ਕਰਕੇ ਜਿਹੜੀ ਟੋਰਕ ਹੈ ਪ੍ਰੋਪੋਰਸ਼ਨੇਟ ਟੂ ਪਾਵਰ। ਹੁਣ ਜਿਹੜੀ ਤੁਸੀਂ ਦੇਖੋਗੇ ਟੋਰਕ ਲੱਗੀ ਹੈਗੀ ਆ, ਬਟ ਸਾਡੀ ਡਿਸਕ ਮੂਵ ਕਰਨੀ ਚਾਹੀਦੀ ਆ, ਉਹਦੇ ਮੁਤਾਬਕ ਕਹਿੰਦਾ ਕਿ ਡਾਇਰੈਕਸ਼ਨ ਆਫ ਡਰਾਈਵਿੰਗ ਟੋਰਕ ਔਨ ਦਾ ਡਿਸਕ ਡਿਪੈਂਡਸ ਅਪੋਨ ਦਾ ਡਾਇਰੈਕਸ਼ਨ ਆਫ ਪਾਵਰ ਫਲੋ। ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਵਾਟ ਮੀਟਰ ਦੇ ਮੁਤਾਬਕ ਅਗਰ ਆਪਾਂ ਕਰੰਟ ਕਨੈਕਸ਼ਨ ਰਿਵਰਸ ਕਰ ਦਈਏ ਕਰੰਟ ਕੋਇਲ ਦੇ, ਤਾਂ ਸਾਡਾ ਜਿਹੜਾ ਆ ਉਹ ਵਾਟ ਮੀਟਰ ਰਿਵਰਸ ਚੱਲਣ ਲੱਗ ਪੈਂਦਾ। ਇਸੇ ਤਰ੍ਹਾਂ ਕਹਿੰਦਾ ਜਿਹੜੀ ਆ ਟੋਰਕ ਆ ਉਹ ਡਿਪੈਂਡ ਕਰਦੀ ਆ ਕਿਸ ਡਾਇਰੈਕਸ਼ਨ ਦੇ ਵਿੱਚ ਸਾਡੀ ਪਾਵਰ ਜਿਹੜੀ ਉਹ ਸਰਲੇ ਨੂੰ ਮਿਲ ਰਹੀ ਹੈਗੀ ਆ, ਦੋਨੇ ਮਤਲਬ ਫਲਕਸਿਸ ਦੇ ਨੂੰ ਕੈਲਕੂਲੇਟ ਕਰਕੇ ਜੋ ਡਾਇਰੈਕਸ਼ਨ ਬਣੀ ਉਸ ਡਾਇਰੈਕਸ਼ਨ ਦੇ ਮੁਤਾਬਕ ਸਾਡੀ ਪਾਵਰ ਜਿੱਧਰ ਨੂੰ ਜਾਏਗੀ ਉਸ ਹਿਸਾਬ ਨਾਲ ਸਾਡੀ ਇਹ ਡਰਾਈਵਿੰਗ ਟੋਰਕ ਲੱਗੂਗੀ। ਬਟ ਕਹਿੰਦਾ ਕਿ ਨੋਰਮਲ ਕੰਡੀਸ਼ਨ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਡਰਾਈਵਿੰਗ ਟੋਰਕ ਅਤੇ ਰੀਸਟੇਰਿੰਗ ਟੋਰਕ ਨੂੰ ਇਸ ਹਿਸਾਬ ਨਾਲ ਸੈੱਟ ਕਰਦੇ ਹਾਂ ਕਿ ਉਹ ਜਿਹੜਾ ਬ੍ਰਿਜ ਹੈ ਉਹ ਕੰਟੈਕਟਸ ਤੋਂ ਪਿੱਛੇ ਨੂੰ ਰਵੇ, ਮਤਲਬ ਕੰਟੈਕਟਸ ਵੱਲ ਨੂੰ ਰਵੇ, ਉਸ ਤੋਂ ਓਪੋਜਿਟ ਸਾਈਡ ਨੂੰ ਰਵੇ। ਬਟ ਜਦੋਂ ਡਾਇਰੈਕਸ਼ਨ ਰਿਵਰਸ ਹੁੰਦੀ ਹੈ ਤਾਂ ਨੈਚੁਰਲ ਹੈ ਕਿ ਡਰਾਈਵਿੰਗ ਟੋਰਕ ਜਿਹੜੀ ਹੈ ਦੂਸਰੀ ਟੋਰਕ ਜਿਹੜੀ ਆ ਉਹ ਓਪਰੇਟ ਹੋਣੀ ਸ਼ੁਰੂ ਹੋ ਜਾਏਗੀ, ਲੱਗਣੀ ਸ਼ੁਰੂ ਹੋ ਜਾਊਗੀ, ਤਾਂ ਸਾਡਾ ਜਿਹੜਾ ਸਪਰਿੰਗ ਆ ਉਹ ਦੀ ਜਿਹੜੀ ਟੋਰਕ ਰੀਸਟੇਰਿੰਗ ਟੋਰਕ ਘੱਟ ਜਾਏਗੀ, ਤਾਂ ਡਰਾਈਵਿੰਗ ਟੋਰਕ ਵੱਧ ਜਾਏਗੀ, ਇਸ ਕਰਕੇ ਸਾਡੀ ਡਿਸਕ ਜਿਹੜੀ ਹੌਲੀ ਹੌਲੀ ਮੂਵ ਕਰਨ ਲੱਗੀ, ਉਹਦੇ ਨਾਲ ਕੀ ਹੈ ਜਿਹੜਾ ਬ੍ਰਿਜ ਹੈ ਉਹ ਸਾਡੇ ਦੋਨੇ ਕੰਟੈਕਟਸ ਨੂੰ ਜੋੜ ਦੇਗਾ, ਅਤੇ ਇਸ ਕਰਕੇ ਸਾਡੀ ਰਿਲੇਅ ਜਿਹੜੀ ਆ ਉਹ ਓਪਰੇਟ ਹੋ ਜਾਏਗੀ। ਐਪਲੀਕੇਸ਼ਨ ਕਹਿੰਦੇ ਜਿਹੜੇ ਰਿਵਰਸ ਪਾਵਰ ਰਿਲੇ ਆ ਇਹ ਯੂਜ਼ ਕਰਦੇ ਹਾਂ ਆਪਾਂ ਸਿੰਕਰੋਨਸ ਜਨਰੇਟਰ ਦੀ ਪ੍ਰੋਟੈਕਸ਼ਨ ਵਾਸਤੇ। ਕੀ ਹੁੰਦਾ ਹੈ ਕਿ ਜਿਹੜਾ ਸਿੰਕਰੋਨਸ ਜਨਰੇਟਰ ਆਪਾਂ ਪਾਵਰ ਸਟੇਸ਼ਨ 'ਤੇ ਲਗਾਇਆ ਹੋਇਆ ਪਾਵਰ ਜਨਰੇਟ ਕਰਨ ਲਈ, ਇਹ ਬੱਸ ਬਾਸ ਦੇ ਨਾਲ ਅਟੈਚ ਹੁੰਦਾ ਹੈ, ਕਿਉਂਕਿ ਸਾਡੀ ਬੱਸ ਬਾਰ ਫਰਦਰ ਵੀ ਗਾਂ ਕਿਸੇ ਹੋਰ ਸਰਵਿਸ ਸਟੇਸ਼ਨ ਆਪਣਾ ਪਾਵਰ ਸਟੇਸ਼ਨ ਨਾਲ ਜੁੜੀ ਹੋਈ ਹੈ, ਉਹ ਪਾਵਰ ਸਟੇਸ਼ਨ ਵੀ ਉਸ ਬੱਸ ਬਾਰ ਨੂੰ ਹੋ ਸਕਦਾ ਸਪਲਾਈ ਦੇ ਰਿਹਾ ਹੋਵੇ, ਜਾਂ ਸਾਡੇ ਹੀ ਪਾਵਰ ਸਟੇਸ਼ਨ ਦੇ ਵਿੱਚ ਹੋਰ ਸਾਰੇ ਜਨਰੇਟਰਸ ਆ, 2, 4, 5 ਕਿੰਨੇ ਵੀ ਲੱਗੇ ਹੋ ਸਕਦੇ ਆ, ਉਹ ਸਾਰੇ ਜਨਰੇਟਰਸ ਜਿਹੜੇ ਆ ਬੱਸ ਬਾਰ ਨਾਲ ਅਟੈਚ ਹੈਗੇ ਆ। ਬਟ ਉਹਨਾਂ ਵਿੱਚੋਂ ਮੰਨ ਲਓ ਕੋਈ ਇੱਕ ਸਿੰਕਰੋਨਸ ਜਨਰੇਟਰ ਜਿਹੜਾ ਆ ਉਹ ਕਿਸੇ ਕਾਰਨ ਕਰਕੇ ਉਹਦਾ ਰਨਰ ਜਿਹੜਾ ਸਟੋਪ ਹੋ ਜਾਂਦਾ ਹੈਗਾ ਆ, ਜਾਂ ਉਹ 'ਚ ਕੋਈ ਫਾਲਟ ਆ ਜਾਂਦਾ ਹੈਗਾ, ਤਾਂ ਸਾਡਾ ਨੈਚੁਰਲ ਸਾਡੀ ਸਿੰਕਰੋਨਸ ਜਨਰੇਟਰ ਜਿਹੜਾ ਉਹ ਕੀ ਕਰੇਗਾ ਕਿ ਸਾਡੀ ਬੱਸ ਬਾਰ ਤੋਂ ਹੀ ਸਪਲਾਈ ਲੈ ਕੇ ਐਜ਼ ਏ ਮੋਟਰਿੰਗ ਮਤਲਬ ਮੋਟਰ ਚੱਲ ਪਏਗਾ। ਹੁਣ ਕਿਉਂਕਿ ਐਜ਼ ਏ ਮੋਟਰ ਚੱਲੇਗਾ ਤਾਂ ਨੈਚੁਰਲ ਸਾਰੀ ਲਾਈਨ ਸਾਡੀ ਡਿਸਟਰਬ ਹੋ ਜਾਏਗੀ, ਉਸ ਕੰਡੀਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਉਸ ਜਨਰੇਟਰ ਨੂੰ ਐਜ਼ ਏ ਮੋਟਰ ਚੱਲਣ ਤੋਂ ਰੋਕਣ ਲਈ ਆਪਾਂ ਇਹ ਰਿਲੇ ਲਗਾ ਦਿੰਦੇ ਹਾਂ, ਤਾਂ ਕਿ ਜਿਹੜਾ ਪਹਿਲਾਂ ਆਊਟਗੋਇੰਗ ਕਰੰਟ ਸੀ ਜਦੋਂ ਇਨਕਮਿੰਗ ਕਰੰਟ ਬਣੇ ਉੱਤੇ ਜਦੋਂ ਹੀ ਉਹਦੀ ਡਾਇਰੈਕਸ਼ਨ ਰਿਵਰਸ ਹੋਵੇ ਤਾਂ ਜਿਹੜੀ ਰਿਵਰਸ ਪਾਵਰ ਲਈ ਓਪਰੇਟ ਹੋ ਕੇ ਸਾਡੇ ਜਿਹੜੇ ਸਿੰਕਰੋਨਸ ਜਨਰੇਟਰ ਨੂੰ ਉਹ ਸ਼ਟਡਾਊਨ ਕਰ ਦੇਵੇ। ਇਸ ਤਰ੍ਹਾਂ ਇਹ ਜਿਹੜੀ ਰਿਲੇ ਜਿਹੜੀ ਆ ਯੂਜ਼ ਕੀਤੀ ਜਾਂਦੀ ਹੈ, ਇਹਦੀ ਐਪਲੀਕੇਸ਼ਨ ਹੈਗੀਆਂ। ਅਸਾਈਨਮੈਂਟ
असाइनमेंट एक छोटी जी हैगी है, देखो कहिंदा इन विच फॉल्ट कंडीशन वर्स पावर रिले इज यूज्ड टू प्रोटेक्ट सिनक्रोनस जनरेटर एंड व्हाई, मतलब आपां क्यों इहनूं सिनक्रोनस जनरेटर नूं प्रोटेक्शन वास्ते लगाने आ ते किहड़ियां कंडीशन च इहनूं लगाया जांदा है। तुसीं इक असाइनमेंट तैयार कर लेनी है ते अपने को रख लेनी है, फिर आपां चेक करांगे। थैंक्स।